ਸਲਾਮ ਅਲੈਕੁਮ ਭਾਈ ਜਾਨ, ਕੀ ਹਾਲ? ਠੀਕ ਆ। ਲੋ ਮੀਆਂ ਤਾਹਿਰ ਸਾਹਿਬ ਸਿਰਫ ਤੁਹਾਡੇ ਵਾਸਤੇ ਮੂਵੀ ਬਣਨ ਦੇ ਰਹੀ ਆ। ਮੀਆਂ ਨਜ਼ੀਰ ਵਾਲੇ ਹੀਨੋ ਚੀਨੇ ਕਬੂਤਰ, ਕੋਈ ਮੰਨੇ ਜਾਂ ਨਾ ਮੰਨੇ, ਸਾਡੇ ਲਈ ਹੈਗੇ ਨੇ। ਠੀਕ ਹੈ ਜੀ। ਲੋ ਜੀ, ਕਲੀਚੇ ਪਿਆ, ਆਖਰੀਆਂ ਕਣੀਆਂ ਕੱਢ ਰਿਹਾ, ਬਗਲ 'ਤੇ ਗੌਰ ਕਰਨੀ ਆ। ਠੀਕ ਹੈ ਜੀ। ਇਸ ਪਰਾਂ ਦੇ ਨਾਲੋਂ ਜਿਹੜੇ ਆਹ ਪਰ ਨੇ ਬਹੁਤ ਵੱਡੇ ਨੇ, ਵਾਇਬ੍ਰੇਸ਼ਨ ਦੇਖ ਲਓ। ਠੀਕ ਹੈ ਜੀ। ਦੁੰਮ ਦਾ ਸ਼ੌਂਕ ਕਰ ਲਓ। ਠੀਕ ਹੈ ਜੀ। ਲਓ ਜੀ, ਪੰਜਿਆਂ ਦਾ ਸ਼ੌਂਕ ਕਰ ਲਓ, ਮੀਆਂ ਸਾਹਿਬ ਪਰੀਆਂ ਦਾ ਕਰ ਲਓ। ਅਸੀਂ ਇਹਨਾਂ ਦਾ ਨਾਂ ਪਾਇਆ ਪੁੱਠੀਆਂ ਕੜੀਆਂ ਵਾਲੇ, ਸਿੱਧੀ ਕੜੀ ਨਹੀਂ ਪਾਈ ਆ, ਮੀਆਂ ਸਾਹਿਬ ਨੇ ਪੁੱਠੀਆਂ ਪਾਈਆਂ, ਇਹਨਾਂ ਦੇ ਕੰਮ ਪੁੱਠੇ ਆ। ਆਹ ਕਬੂਤਰ ਆ, ਲਓ ਮੀਆਂ ਸਾਹਿਬ ਪਲਕਾਂ ਚੈੱਕ ਕਰ ਲਓ, ਇਹ ਵੀ ਹੀਣੋ ਚੀਨੀ ਮਾਰਦੀ। ਠੀਕ ਹੈ। ਪਰ ਬੱਚਾ ਕੋਈ ਆ, ਚੀਨਾ ਨਿਕਲੇ ਆਪਣੇ ਤੇ ਖੜੇ ਨੇ ਤੇ ਨੀਲੇ ਬੱਚੇ ਕੱਢਣੇ ਆ। ਲੋ ਮੀਆਂ ਸਾਹਿਬ, ਮਾਦੀ ਕਲੀਚੇ ਪਈ ਆ ਦੋਨੋਂ ਹੀ, ਜਿਹਦੇ ਤੁਹਾਨੂੰ ਇਹਦੀਆਂ ਆਖਰਲੀਆਂ ਕੰਨੀਆਂ ਦਾ ਦੀਦਾਰ ਕਰਾਉਂਦੇ। ਲੋ ਜੀ, ਦੁੰਬ ਦਾ ਵੀ ਸ਼ੌਂਕ ਕਰੋ, ਸਾਰੀ ਕਲੀਚੇ ਆ ਦੁੰਬ। ਲੋ ਸਾਹਿਬ, ਮੀਆਂ ਸਾਹਿਬ ਪੰਜੇ ਚੈੱਕ ਕਰੋ, ਪੀਲੂ ਪੰਜੇ, ਉਂਗਲਾਂ ਜਿੱਦਾਂ ਲਣ ਧਾਗੇ ਨੇ, ਅੰਨੀਆਂ ਬਰੀਕ, ਅੰਨੀਆਂ ਖੁਸ਼ਕ। ਔਰ ਦੇਖੋ, ਲੋ ਜੀ, ਮੀਆਂ ਸਾਹਿਬ ਛੱਡ ਕੇ ਵੀ ਤੁਹਾਨੂੰ ਸ਼ੌਂਕ ਕਰਾ ਦਿੱਤਾ। ਠੀਕ ਹੈ ਜੀ। ਸਾਨੂੰ ਕਿਸੇ ਨਾਲ ਨਹੀਂ ਦਿਰਦਾ ਕਿ ਮੀਆਂ ਸਾਹਿਬ ਇਹ ਪਿਓਰ ਮੀਆਂ ਨਜ਼ੀਰ ਵਾਲੇ ਹੀਨੋ ਚੀਨੇ, ਠੀਕ ਆ, ਇਹ ਕਬੂਤਰ ਨੇ। ਠੀਕ ਆ। ਨਾ ਅੱਲਾ ਦੀ ਰਹਿਮਤ ਨਾਲ ਮਾਦੀ 'ਚ ਕਰਾਸ ਆ, ਨਾ ਨਰ 'ਚ ਕਰਾਸ ਆ। ਅੱਖਾਂ ਲਾਈਟ ਵੀ ਕੱਢਦੇ ਨੇ ਅਤੇ ਥੋੜ੍ਹੀ ਜਿਹੀ ਤੇਜ਼ ਵੀ ਕੱਢਦੇ ਨੇ, ਬਸ ਜ਼ਮੀਨ ਸਫੇਦ ਹੀ ਕੱਢਣੀ ਆ। ਠੀਕ ਆ ਜੀ। ਇਹ ਮੀਆਂ ਸਾਹਿਬ ਸ਼ੌਂਕ ਕਰੋ, ਜ਼ਿੰਦਗੀ ਰਹੇ ਇਨਸ਼ਾਲਾ। ਇਹਨਾਂ ਦਾ ਨਾਂ ਆ ਮੀਆਂ ਸਾਹਿਬ, ਵੇਖ ਲਓ ਕੜੀ ਦੇਖ ਲਓ, ਦੀ ਪੁੱਠੀ ਪਾਈ ਆ, ਇਹ ਪੁੱਠੀਆਂ ਕੜੀਆਂ ਲਈ ਆ। ਜ਼ਿੰਦਗੀ ਰਹੀ ਇਨਸ਼ਾਲਾ ਮੀਆਂ ਸਾਹਿਬ, ਤੁਹਾਨੂੰ ਇਹਨਾਂ ਦੇ ਕੰਮ ਵੀ ਦਿਖਾਵਾਂਗੇ ਵੀ ਪੁੱਠੇ ਹੈਗੇ ਜਾਂ ਨਹੀਂ ਹੈਗੇ। ਜ਼ਿੰਦਗੀ ਇਜਾਜ਼ਤ ਦੇਵੇ। ਮੀਆਂ ਸਾਹਿਬ ਕਲੀਚੇ ਨੇ ਜਾਨਵਰ, ਜ਼ਿੰਦਗੀ ਰਹੀ ਇਨਸ਼ਾਅੱਲਾ।